ਨਹੀਂ ਸਰ, ਕੋਈ ਵੀ ਬੰਦਾ, ਇੱਕ ਵੀ ਬੰਦਾ ਤੁਸੀਂ ਸਾਹਮਣੇ ਪੇਸ਼ ਕਰ ਦਿਓ ਵੀ ਜਿਹੜਾ ਬੰਦਾ ਕਹਿੰਦਾ ਵੀ ਦਬਕੇ ਮਾਰਦੇ ਆ, ਵੀ ਜਿਹੜਾ ਬੰਦਾ ਕਹਿੰਦਾ ਮੈਨੂੰ ਕਾਗਜ਼ ਨਹੀਂ ਭਰਨ ਦਿੱਤੇ। ਅਸੀਂ ਕਿਸੇ ਨੂੰ ਰੋਕਿਆ ਨਹੀਂ, ਕੋਈ ਵੀ ਭਰ ਸਕਦਾ, ਵੋਟਾਂ ਪਵਾ ਸਕਦੇ ਆ, ਕੁਛ ਵੀ ਕਰ ਸਕਦੇ ਆ। ਸਾਡੇ ਨਾਲ ਸਾਰਾ ਪਿੰਡ ਸਹਿਮਤ ਆ ਜੀ। ਪੁਲਿਸ ਨੇ ਇੰਨਾ ਧੱਕਾ ਕੀਤਾ, ਸਾਡੇ ਘਰੇ ਵੜ ਕੇ 4 ਲੱਖ ਰੁਪਇਆ ਲੈ ਗਏ ਜੀ। 7 ਤੋਲੇ ਸੋਨਾ ਪਿਆ ਸੀਗਾ ਸਾਡਾ, ਮੰਮੀ ਦਾ, ਮੇਰਾ ਕੁਛ ਕੁਛ ਮੇਰਾ ਸੀਗਾ ਜੀ। ਤੇ ਸਾਰੇ ਸਾਡੇ ਸ਼ੀਸ਼ੇ ਤੋੜਤੇ, ਸਾਡੇ ਕੈਮਰੇ, DVR ਸਾਰਾ ਕੁਛ ਭੰਨ ਤੋੜ ਕੇ 2 ਗੱਡੀਆਂ ਲੈ ਗਏ ਸਾਡੇ ਰਿਸ਼ਤੇਦਾਰਾਂ ਦੀਆਂ, ਉੱਤੇ ਗੱਡੀਆਂ ਆਈਆਂ ਹੋਈਆਂ ਸੀ ਘਰੇ। ਇੱਕ ਅਜਿਹਾ ਪਿੰਡ ਜਿਸ ਵਿੱਚ ਕਿਸੇ ਨੇ ਵੀ ਸਰਪੰਚੀ ਲਈ ਨਾਮਜ਼ਦਗੀ ਨਹੀਂ ਭਰੀ ਸੀ, ਜਿਸ ਨੂੰ ਲੈ ਕੇ ਇੱਕ ਗੈਂਗਸਟਰ ਦਾ ਹੱਥ ਦੱਸਿਆ ਜਾ ਰਿਹਾ ਸੀ ਕਿ ਉਸਦੇ ਪਿਤਾ ਨੇ ਸਰਪੰਚੀ ਦੀ ਚੋਣ ਲੜਨੀ ਸੀ, ਜਿਸ ਨੂੰ ਲੈ ਕੇ ਉਸਨੇ ਪੂਰੇ ਪਿੰਡ ਨੂੰ ਡਰਾਇਆ ਹੋਇਆ ਸੀ। ਤਾਂ ਇਹ ਗੈਂਗਸਟਰ ਸੀਮਾ ਬੈਬਲ ਹੈ ਜੋ ਕਿ ਫਰਾਰ ਚੱਲ ਰਿਹਾ। ਤਾਂ ਹੁਣ ਉਸਨੂੰ ਪੁਲਿਸ ਦਾ ਖੌਫ ਸਤਾ ਰਿਹਾ ਹੈ ਕਿ ਪੁਲਿਸ ਉਸਦਾ ਐਨਕਾਊਂਟਰ ਕਰ ਦੇਵੇਗੀ। ਇਸ ਸੰਬੰਧੀ ਹੁਣ ਉਸਨੇ ਆਪਣੇ ਪਿਤਾ ਦੇ ਨਾਲ ਵੀਡੀਓ ਕਾਲ ਤੇ ਗੱਲ ਵੀ ਕੀਤੀ ਹੈ, ਜਿਸ ਦੇ ਵਿੱਚ ਉਸਨੇ ਦੱਸਿਆ ਕਿ ਪੁਲਿਸ ਮੇਰਾ ਐਨਕਾਊਂਟਰ ਕਰੇਗੀ, ਮੈਂ ਪਿੰਡ ਦੇ ਕਿਸੇ ਵੀ ਸ਼ਖਸ ਨੂੰ ਧਮਕੀ ਨਹੀਂ ਦਿੱਤੀ ਤੇ ਨਾ ਹੀ ਕਾਗਜ਼ ਭਰਨ ਤੋਂ ਕਿਸੇ ਨੂੰ ਰੋਕਿਆ। ਮੇਰੇ ਤੇ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਸਾਰੇ ਝੂਠੇ ਨੇ। ਦਰਅਸਲ ਪਿੰਡ ਬੈਬਲ ਕਲਾ ਦੇ ਵਿੱਚ ਪੰਚਾਇਤੀ ਚੋਣਾਂ ਲਈ ਕਿਸੇ ਵੱਲੋਂ ਨਾਮਜ਼ਦਗੀ ਨਹੀਂ ਭਰੀ ਗਈ। ਇਲਜ਼ਾਮ ਨੇ ਕਿ ਗੈਂਗਸਟਰ ਸੀਮਾ ਬੈਬਲ ਦੀ ਧਮਕੀ ਕਾਰਨ ਕਿਸੇ ਨੇ ਪਰਚਾ ਨਹੀਂ ਭਰਿਆ। ਗੈਂਗਸਟਰ ਤੇ ਉਮੀਦਵਾਰਾਂ ਨੂੰ ਧਮਕੀ ਦੇ ਇਲਜ਼ਾਮ ਲੱਗੇ ਸਨ, ਜਿਸ ਨੂੰ ਗੈਂਗਸਟਰ ਤੇ ਉਸਦੇ ਪਿਤਾ ਨੇ ਨਕਾਰ ਦਿੱਤੇ ਨੇ। ਤਾਂ ਉਸਦੇ ਵੱਲੋਂ ਆਪਣੇ ਪਿਤਾ ਦੇ ਨਾਲ ਵੀਡੀਓ ਕਾਲ ਤੇ ਗੱਲਬਾਤ ਕੀਤੀ ਗਈ, ਜਿਸ ਦੇ ਵਿੱਚ ਉਸਨੇ ਪੁਲਿਸ ਵੱਲੋਂ ਐਨਕਾਊਂਟਰ ਦਾ ਡਰ ਸਤਾਇਆ ਤੇ ਉਸਨੇ ਦੱਸਿਆ ਕਿ ਉਸਦੇ ਵੱਲੋਂ ਪਿੰਡ ਦੇ ਵਿੱਚ ਕਿਸੇ ਨੂੰ ਵੀ ਧਮਕੀ ਨਹੀਂ ਦਿੱਤੀ ਹੈ ਤੇ ਨਾ ਹੀ ਕਿਸੇ ਨੂੰ ਕਾਗਜ਼ ਭਰਨ ਤੋਂ ਰੋਕਿਆ। ਨਹੀਂ ਸਰ, ਕੋਈ ਵੀ ਬੰਦਾ, ਇੱਕ ਵੀ ਬੰਦਾ ਤੁਸੀਂ ਸਾਹਮਣੇ ਪੇਸ਼ ਕਰ ਦਿਓ ਵੀ ਜਿਹੜਾ ਬੰਦਾ ਕਹਿੰਦਾ ਵੀ ਦਬਕੇ ਮਾਰਦੇ ਆ, ਵੀ ਜਿਹੜਾ ਬੰਦਾ ਕਹਿੰਦਾ ਮੈਨੂੰ ਕਾਗਜ਼ ਨਹੀਂ ਭਰਨ ਦਿੱਤੇ। ਅਸੀਂ ਕਿਸੇ ਨੂੰ ਰੋਕਿਆ ਨਹੀਂ, ਕੋਈ ਵੀ ਭਰ ਸਕਦਾ, ਵੋਟਾਂ ਪਵਾ ਸਕਦੇ ਆ, ਕੁਛ ਵੀ ਕਰ ਸਕਦੇ ਆ। ਸਾਡੇ ਨਾਲ ਸਾਰਾ ਪਿੰਡ ਸਹਿਮਤ ਆ ਜੀ। ਪੁਲਿਸ ਨੇ ਇੰਨਾ ਧੱਕਾ ਕੀਤਾ, ਸਾਡੇ ਘਰੇ ਵੜ ਕੇ 4 ਲੱਖ ਰੁਪਇਆ ਲੈ ਗਏ ਜੀ। 7 ਤੋਲੇ ਸੋਨਾ ਪਿਆ ਸੀਗਾ ਸਾਡਾ, ਮੰਮੀ ਦਾ, ਮੇਰਾ ਕੁਛ ਮੇਰਾ ਸੀਗਾ ਜੀ। ਤੇ ਸਾਰੇ ਸਾਡੇ ਸ਼ੀਸ਼ੇ ਤੋੜਤੇ, ਸਾਡੇ ਕੈਮਰੇ, DVR ਸਾਰਾ ਕੁਛ ਭੰਨ ਤੋੜ ਕੇ 2 ਗੱਡੀਆਂ ਲੈ ਗਏ ਸਾਡੇ ਰਿਸ਼ਤੇਦਾਰਾਂ ਦੀਆਂ, ਉੱਤੇ ਗੱਡੀਆਂ ਆਈਆਂ ਹੋਈਆਂ ਸੀ ਘਰੇ ਸਾਡੇ ਨਾਲ। ਉੱਤੇ ਵੀ ਉਹ ਇਕੱਠ ਕਰਕੇ, ਉਹ ਵੀ ਮੇਰੇ ਰਿਸ਼ਤੇਦਾਰ ਆਏ ਸੀ, ਉਹ ਗੱਡੀਆਂ ਫੜ ਕੇ ਲੈ ਗਏ। ਸੁਬਹ 2 ਮੁੰਡੇ ਫੜ ਕੇ ਫੜਾਏ ਆ, ਰੈਕੀ ਵਾਲੇ ਅਸੀਂ ਗੁਰਮੇਲ ਸਿੰਘ ASI ਨੂੰ, ਜਿਹੜਾ ਮੈਨੂੰ ਮਰਵਾਉਣ ਨੂੰ ਫਿਰਦੇ ਸੀ। ਉਹਨਾਂ ਨੇ, ਪੁਲਿਸ ਨੇ ਉਹ ਮੁੰਡੇ ਵੀ ਛੱਡਤੇ, ਉਹਨਾਂ ਤੇ ਕੋਈ ਪਰਚਾ ਨੀ ਪਾਇਆ। ਘੰਟੇ ਬਾਅਦ ਆ ਕੇ ਉਲਟਾ ਸਾਡੇ ਤੇ ਹੀ ਦਬਾਅ ਪਾ ਕੇ ਤੇ ਸਾਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਬਚ ਕੇ ਭੱਜ ਗਏ। ਕਿਸੇ ਤਰੀਕੇ ਵਿੱਚੋਂ 2 ਮੁੰਡੇ ਫੜੇ ਗਏ, ਉਹਨਾਂ ਦੀ ਉੱਥੇ ਬਹੁਤ ਕੁੱਟਮਾਰ ਕੀਤੀ ਗਈ ਆ। ਉਹ ਹੁਣ ਵਿਚਾਰੇ ਜੇਲ੍ਹ 'ਚ ਹੈਗੇ, ਨਜਾਇਜ਼ ਪਰਚਾ ਪਾਤਾ ਬਈ 8 ਜਣੇ ਪਿੰਡ 'ਚੋਂ, ਸਾਰੇ ਬੰਦੇ, ਸਾਰਾ ਪਿੰਡ ਭਜਾਤਾ। ਇੱਕ ਸਾਡੇ ਪਿੰਡ ਪਿੰਦਰ ਮੁੰਡਾ, ਉਹਨਾਂ ਦੀ ਮੰਮੀ ਨੂੰ ਫੜ ਕੇ ਲੈ ਗਏ, ਕਦੇ ਕਿਸੇ ਦੇ ਡੈਡੀ ਨੂੰ ਲੈ ਗਏ। ਪੁਲਿਸ ਮੋਹਰ ਕਿਸੇ ਨੇ ਇੰਨਾ ਦਬਾਅ ਮਾਰਿਆ, ਪੁਲਿਸ ਦੇ ਪ੍ਰੈਸ਼ਰ, ਸਾਡੇ ਤਾਂ ਇਹ 4 ਤਰੀਕ ਤੱਕ ਇੰਨਾ ਪ੍ਰੈਸ਼ਰ ਪਾਇਆ ਵੀ ਕਾਗਜ਼ ਨਾ ਭਰ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਐਲੀਗੇਸ਼ਨ ਹਨ ਝੂਠੇ ਹਨ ਕਿ 29 ਤਰੀਕ ਨੂੰ ਸਾਡੇ ਪਿੰਡ ਵਿੱਚ ਇਕੱਠ ਹੋਇਆ, ਇਕੱਠ ਕਰਕੇ ਮੈਨੂੰ ਸਰਪੰਚ ਸਰਬਸੰਮਤੀ ਨਾਲ ਚੁਣਿਆ ਗਿਆ, ਸਰਬਸੰਮਤੀ ਨਾਲ 9 ਮੈਂਬਰ ਚੁਣੇ ਗਏ। ਉਸ ਤੋਂ ਬਾਅਦ ਅਮੋਲਕ ਸਿੰਘ ਜੋ MLA ਹੈ, ਉਹਨਾਂ ਦਾ ਵੀ ਮੈਨੂੰ ਪੈਸੇ ਦਿਓ ਤੁਸੀਂ, ਫਿਰ ਤੁਸੀਂ ਸਰਪੰਚ ਬਣ ਸਕਦੇ ਹੈ। ਅਮੋਲਕ ਸਿੰਘ MLA 25 ਲੱਖ ਰੁਪਇਆ ਮੰਗਣ ਲੱਗਿਆ, ਅਸੀਂ ਉਹਨੂੰ ਕਿਹਾ ਵੀ ਸਾਡੇ ਤਾਂ ਵੀ ਸਰਪੰਚ ਸਰਬਸੰਮਤੀ ਹੈ, ਪਿੰਡ ਸਾਡੇ ਨਾਲ ਸਹਿਮਤ ਹੈ, ਸਾਰੇ ਪਿੰਡ ਦੇ ਨਾਲ ਅਸੀਂ ਸਹਿਮਤ ਹੈ, ਸਾਰੇ ਪਿੰਡ ਨੇ ਇਸ ਕਰਕੇ ਬਾਈਕਾਟ ਕਰਿਆ ਜੀ।